ਅਸੀਂ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਇਹ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਨੇ, ਜਿੱਥੋਂ ਦੀ ਲੁਧਿਆਣਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿੱਤਾ ਜਾਂਦਾ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਨਾਮ ਦਿੱਤਾ ਜਾਂਦਾ ਹੈ ਦਲ ਬਦਲੂ। ਉੱਧਰ ਹੀ ਲੋਕ ਇਹਨਾਂ ਨੂੰ ਦਲ ਬਦਲੂ ਕਹਿੰਦੇ ਰਹੇ, ਪਰ ਇਹਨਾਂ ਦਾ ਸਵਾਗਤ ਜੋ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੋਇਆ ਇੱਕ ਵਾਰੀ ਦੇਖਣ ਤੋਂ ਬਾਅਦ ਲੂ ਕੰਢੇ ਖੜ੍ਹੇ ਹੋ ਜਾਣਗੇ। ਇੰਨਾ ਭਾਰੀ ਰਸ਼ ਅਤੇ ਇਕੱਠ ਵੇਖਣ ਨੂੰ ਮਿਲਿਆ, ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ, ਢੋਲ ਧਮਾਕਿਆਂ ਦੇ ਨਾਲ ਇਹਨਾਂ ਦਾ ਸਵਾਗਤ ਲੁਧਿਆਣਾ ਦੇ ਵਿੱਚ ਕੀਤਾ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਜਪਾਈਆਂ ਨੇ ਬਿੱਟੂ ਦਾ ਰੇਲਵੇ ਸਟੇਸ਼ਨ ਪੁੱਜਣ 'ਤੇ ਸਵਾਗਤ ਕੀਤਾ। ਉੱਧਰ ਹੀ ਬਿੱਟੂ ਵੀ ਕਾਫੀ ਖੁਸ਼ ਨਜ਼ਰ ਆਏ ਨੇ, ਕਾਂਗਰਸ ਪਾਰਟੀ ਨੂੰ ਵੱਲ ਵਿਧਾਇਕ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। 3 ਵਾਰ ਜੇਤੂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਲੁਧਿਆਣਾ ਰੇਲਵੇ ਸਟੇਸ਼ਨ ਪੁੱਜਣ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ 'ਚ ਭਾਜਪਾਈਆਂ ਨੇ ਨਿੱਘਾ ਸਵਾਗਤ ਕੀਤਾ। ਜੀ ਹਾਂ, ਖੁਸ਼ੀ ਵਿੱਚ ਗਦਗਦ ਹੋ ਜਾਂਦੇ ਨੇ ਰਵਨੀਤ ਸਿੰਘ ਬਿੱਟੂ ਅਤੇ ਆਖਦੇ ਨੇ ਕਿ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਮੈਂ ਧੰਨਵਾਦ ਕਰਦਾ। ਉਹਨਾਂ ਇਹ ਵੀ ਕਿਹਾ ਕਿ ਲੁਧਿਆਣੇ ਦੇ ਲੋਕਾਂ ਵੱਲੋਂ ਜੋ ਮੈਨੂੰ ਪਿਆਰ ਦਿੱਤਾ ਗਿਆ ਉਸਦਾ ਉਹ ਸਦਾ ਅਰਿਣੀ ਰਹਿਣਗੇ। ਜੀ ਹਾਂ, ਉਹਨਾਂ ਇਹ ਵੀ ਕਿਹਾ ਕਿ ਭਾਜਪਾ ਦਾ ਹਰ ਵਰਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਸੋਚ 'ਤੇ ਪਹਿਰਾ ਦੇਣ ਅਤੇ ਪਾਰਟੀ ਦੀ ਇਕਜੁੱਟਤਾ ਨੂੰ ਬਰਕਰਾਰ ਰੱਖਣ ਦੇ ਲਈ ਸਮਰਪਿਤ ਹੈ, ਭਾਵਨਾ ਦੇ ਨਾਲ ਕੰਮ ਕਰਦਾ ਹੈ। ਰਵਨੀਤ ਸਿੰਘ ਬਿੱਟੂ ਲੁਧਿਆਣਾ ਪਹੁੰਚਦੇ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੱਤਰਕਾਰਾਂ ਦੇ ਰੂਬਰੂ ਹੁੰਦੇ ਨੇ, ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ, ਪਰ ਇਸ ਦਰਮਿਆਨ ਹੀ ਭਾਜਪਾਈਆਂ ਦੇ ਵਿੱਚ ਜੋ ਖੁਸ਼ੀ ਵੇਖਣ ਨੂੰ ਮਿਲਦੀ ਆ ਉਹ ਇੱਕ ਅਲੱਗ ਹੀ ਹੁੰਦੀ ਹੈ। ਝੰਡਿਆਂ ਦੇ ਨਾਲ, ਭਾਰੀ ਇਕੱਠ ਦੇ ਨਾਲ ਭਾਜਪਾਈ ਬਿੱਟੂ ਦਾ ਸਵਾਗਤ ਕਰਨ ਦੇ ਲਈ ਰੇਲਵੇ ਸਟੇਸ਼ਨ 'ਤੇ ਪਹੁੰਚਦੇ ਨੇ। ਹਰੇਕ ਕੋਈ ਇਸ ਮੂਮੈਂਟ ਨੂੰ ਕੈਮਰੇ 'ਚ ਕੈਦ ਕਰਨਾ ਚਾਹੁੰਦਾ ਹੈ, ਮੋਬਾਈਲ ਦੇ ਵਿੱਚ ਤਸਵੀਰਾਂ ਕੈਦ ਕਰਨਾ ਚਾਹੁੰਦਾ ਹੈ। ਕਿੱਦਾਂ ਬਿੱਟੂ ਦਾ ਸਵਾਗਤ ਕੀਤਾ ਜਾਂਦਾ, ਖੁਸ਼ੀ ਤੁਸੀਂ ਦੇਖ ਸਕਦੇ ਹੋ ਕਿ ਰਵਨੀਤ ਸਿੰਘ ਬਿੱਟੂ ਦੇ ਚਿਹਰੇ 'ਤੇ ਜੋ ਖੁਸ਼ੀ ਨਜ਼ਰ ਆ ਰਹੀ ਹੈ ਇਹ ਬਹੁਤ ਚਿਰਾਂ ਬਾਅਦ ਦੇਖੀ ਹੈ। ਇਸ ਤਰ੍ਹਾਂ ਲੱਗਦਾ ਕਿ ਕਾਂਗਰਸ ਤੋਂ ਸੱਚੀ ਦੇ ਵਿੱਚ ਨਾਖੁਸ਼ ਸਨ ਅਤੇ ਹੁਣ ਭਾਜਪਾ ਜੁਆਇਨ ਕਰਨ ਤੋਂ ਬਾਅਦ ਇਹਨਾਂ ਦੀ ਖੁਸ਼ੀ ਵਾਪਸ ਪਰਤੀ ਹੈ। ਜੀ ਹਾਂ, ਚਿਹਰੇ ਦੀ ਖੁਸ਼ੀ ਦੱਸਦੀ ਹੈ ਅਤੇ ਉੱਧਰ ਹੀ ਧੰਨਵਾਦ ਕਰਦੇ ਨਜ਼ਰ ਆਉਂਦੇ ਨੇ ਲੁਧਿਆਣੇ ਦੇ ਲੋਕਾਂ ਦਾ, ਭਾਜਪਾ ਆਗੂਆਂ ਦਾ, ਭਾਜਪਾ ਵਰਕਰਾਂ ਦਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਅਮਿਤ ਸ਼ਾਹ ਦਾ, ਸਾਰਿਆਂ ਦਾ ਧੰਨਵਾਦ ਕਰਦੇ ਵੀ ਨਜ਼ਰ ਆਉਂਦੇ ਨੇ। ਇਸ ਮੂਮੈਂਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ।